ਕਿਸਾਨਾਂ ਦੇ ਕਰਜ਼ ਮਾਫੀ ਨੂੰ ਲੈ ਕੇ ਬਣਾਈ ਗਈ ਸੂਚੀ 'ਚ ਇੱਕ ਤਰਫ ਸੈਂਕੜੋ ਜ਼ਰੂਰਤਮੰਦ ਕਿਸਾਨਾਂ ਦੇ ਨਾਮ ਗਾਇਬ ਹਨ ਅਤੇ ਦੂਜੀ ਤਰਫ ਪਰਲ ਗਰੁੱਪ ਦੇ MD ਸੁਖਦੇਵ ਸਿੰਘ ਦਾ ਨਾਮ ਇਸ ਵਿੱਚ ਸ਼ਾਮਿਲ ਹੈ। ਪੰਜਾਬ ਦੇ ਲੋਕਾਂ ਨੂੰ ਪਲਾਟ ਦੇ ਮਾਲਕ ਬਣਨ ਦਾ ਸਬਜ ਬਾਗ ਦਿਖਾ ਕੇ ਧੋਖਾਧੜੀ ਕਰਨ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਪਰਲ ਗਰੁੱਪ ਦੇ MD ਸੁਖਦੇਵ ਸਿੰਘ ਦਾ ਸਰਕਾਰ 1,74,214 ਰੁਪਏ ਦਾ ਕਰਜ਼ ਮਾਫ਼ ਕਰੇਗੀ। ਉਧਰ ਇਸ ਬਾਰੇ ਸਹਿਕਾਰੀ ਸਭਾਵਾਂ ਦੇ ਡਾਇਰੈਕਟਰ ਨੇ ਦੱਸਿਆ ਕਿ ਸੁਖਦੇਵ ਸਿੰਘ ਦਾ ਕੇਸ ਉਹਨਾਂ ਨੇ ਹੋਲਡ ਕਰ ਲਿਆ ਹੈ। ਦੇਖੋ ਸੁਖਦੇਵ ਸਿੰਘ ਤਾਂ ਸਾਡੇ ਜੰਪਲ ਹੈ, ਪਿੰਡ ਦਾ ਹੀ ਇੱਕ ਬੰਦਾ, ਆਮ ਨੋਰਮਲ, ਅਤੇ ਉਹ ਪਰਲ ਕੰਪਨੀ ਦੇ ਵਿੱਚ ਇੱਕ ਡਾਇਰੈਕਟਰ ਆ, ਜਿੱਦਾਂ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਿਆ। ਉਹ ਅੱਜ ਕੱਲ੍ਹ ਉਹਦੇ ਪਰ ਕੇਸ ਚੱਲਦਾ ਤਿਹਾੜ ਜੇਲ੍ਹ ਦੇ ਵਿੱਚ ਬੰਦ ਆ। ਉਹਦਾ ਜਿਹੜਾ ਕਰਜ਼ ਮਾਫ਼ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਦੇਖੋ ਕਰਜ਼ਾ ਤਾਂ ਹੁਣ ਸੁਸਾਇਟੀ ਵਾਲਿਆਂ ਨੂੰ ਜੋ ਉਹਦੀ MCL ਬਣੀ ਹੋਈ ਤੀ ਉਹਨਾਂ ਨੇ ਭੇਜਤੀ, ਉਸ ਹਿਸਾਬ ਨਾਲ ਸਾਨੂੰ ਸੁਖਦੇਵ ਸਿੰਘ 'ਤੇ ਜਾਂ ਕਿਸੇ ਹੋਰ 'ਤੇ 5 ਕਿੱਲਿਆਂ 10 ਕਿੱਲੇ ਵਾਲਿਆਂ 'ਤੇ ਕੋਈ ਇਤਰਾਜ਼ ਨਹੀਂ। 5 ਕਿੱਲੇ ਮਾਫ਼ ਹੋਵੇ ਜਾਂ ਨਹੀਂ, ਇਤਰਾਜ਼ ਤਾਂ ਸਾਨੂੰ ਇਹ ਹੈ ਕਿ ਜਿਹੜੇ ਗਰੀਬ ਹੈ, 2 ਕਿੱਲਿਆਂ ਵਾਲੇ ਰਹਿ ਗਏ, 1.5 ਵਾਲਾ ਰਹਿ ਗਿਆ, 3 ਵਾਲਾ ਰਹਿ ਗਿਆ, ਸਾਨੂੰ ਗੁੱਸਾ ਤਾਂ ਇਸ ਗੱਲ ਦਾ ਹੈ ਕਿ ਉਹਨਾਂ ਦਾ ਕਰਜ਼ਾ ਮਾਫ਼ ਕਿਉਂ ਨਹੀਂ ਹੋਇਆ। ਉਹ ਮੇਰੇ ਨਾਲ ਆ, ਇਹ ਕਿਹੜੇ, ਇਹਨਾਂ ਦੇ 3 ਕਿੱਲਿਆਂ ਦਾ ਇੱਥੇ ਅਤੇ 1.5 ਲੱਖ ਰੁਪਇਆ, ਉਹ ਇਹਨਾਂ ਦਾ ਕਰਜ਼ਾ ਮਾਫ਼ ਨਹੀਂ ਹੋਇਆ। ਉਸ ਕਰਕੇ ਸਾਨੂੰ ਕਿਸੇ ਦਾ ਮਰਜ਼ ਕਰਜ਼ਾ ਮਾਫ਼ ਹੋਇਆ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ? ਸਰ, ਸਾਡੇ ਕੋਲ ਨਾ ਪਿੰਡ ਦੇ ਵਿੱਚ ਤਾਂ 5 ਏਕੜ ਦਾ MCL ਬਣਿਆ ਵਾ, ਉਹਦੇ ਹਿਸਾਬ ਨਾਲ ਉਹਦੀ ਲਿਸਟ ਅੱਗੇ ਗਈ ਹੋਈ ਹੈ ਜੋ ਅਸੀਂ ਬਣਾ ਕੇ ਭੇਜੀ ਹੈ। ਇਹ ਮਾਫ਼ੀ ਤਾਂ ਹੁਣ ਗੌਰਮੈਂਟ ਨੇ ਦੇਣੀ ਆ, ਉਹ ਕਿਵੇਂ ਦਿੰਦੀ ਹੈ ਸਾਨੂੰ ਇਹਦੇ ਨਾਲ ਕੋਈ ਪਤਾ ਨਹੀਂ। ਅਸੀਂ ਤਾਂ 5 ਏਕੜ ਦਾ MCL ਬਣਾ ਕੇ ਭੇਜਿਆ ਵਾ, ਉਹਦੇ ਹਿਸਾਬ ਨਾਲ ਹੀ ਲਿਸਟਾਂ ਗਈਆਂ ਮੈਂ ਸਾਰੇ ਪਿੰਡਾਂ ਦੀਆਂ, ਜਿੰਨੇ ਵੀ ਆਪਣੇ ਕੋਲ ਪਿੰਡ ਬਾਈ ਚੱਲਦੇ। ਇਹ ਜਿਹੜੇ ਰਹਿ ਵੀ ਗਏ ਵਿੱਚ, ਉਹ ਬੰਦੇ ਦੀ ਕਿਸੇ ਦੀ ਆਧਾਰ ਕਾਰਡ ਦੀ ਕਮੀ ਹੈ, JIT ਨਾਂ ਗਲਤ ਪਿਆ ਵਾ ਕਿਸੇ ਦਾ, ਉਹ ਦੁਬਾਰੇ ਸੋਧ ਕਰਕੇ ਫਿਰ ਭੇਜ ਅਤੇ ਹੌਲੀ ਹੌਲੀ ਲੜੀਵਾਰ ਆਈ ਜਾਣੀ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਚੈਨਲ 2।